ਫੇਸਬੁਕ ਵੱਲੋਂ ਖਬਰ ਆ ਰਹੀ ਹੈ ਵੀ ਫੇਸਬੁਕ ਦੇ 1 ਮਿਲੀਅਨ ਯੂਜ਼ਰਸ ਉਹਨਾਂ ਦਾ ਲੌਗਇਨ ਕੰਪਰੋਮਾਈਜ਼ ਹੋ ਗਿਆ ਹੈ। ਸੋਸ਼ਲ ਮੀਡੀਆ ਜਾਇੰਟ ਨੇ ਕਿਹਾ ਹੈ ਵੀ ਉਹਨਾਂ ਦੀਆਂ 400 ਦੇ ਕਰੀਬ ਐਪਸ ਜੋ ਕਿਸੇ ਤਰ੍ਹਾਂ ਦੀਆਂ ਕਈ ਡਿਜ਼ਾਈਨ ਕੀਤੀਆਂ ਗਈਆਂ ਜਿਹਦੇ ਨਾਲ ਫੇਸਬੁਕ ਲੌਗਇਨ ਇਨਫੋਰਮੇਸ਼ਨ ਇੱਕ ਤਰ੍ਹਾਂ ਦੇ ਨਾਲ ਲੋਕ ਚੋਰੀ ਕਰ ਲੈਂਦੇ ਆ, ਸਟੀਲ ਕਰ ਲੈਂਦੇ ਆ। ਸੋ ਉਹਨਾਂ ਨੇ ਅੱਜ ਖੁਦ ਮੰਨੇ ਆ ਕਿ ਸਾਡਾ 1 ਮਿਲੀਅਨ ਯੂਜ਼ਰਸ ਦਾ ਡਾਟਾ ਚੋਰੀ ਹੋ ਗਿਆ ਉਹਨਾਂ ਦਾ ਯੂਜ਼ਰ ਨੇਮ ਪਾਸਵਰਡ ਸੋ ਜਿੰਨੇ ਸਾਡੇ ਸਰੋਤੇ ਸੁਣਦੇ ਆ ਜਿੰਨੇ ਜੇ ਉਹ ਫੇਸਬੁੱਕ ਨੂੰ ਯੂਜ਼ ਕਰਦੇ ਆ ਕੋਸ਼ਿਸ਼ ਕਰੋ ਆਪਣੇ ਜੋ ਪਾਸਵਰਡ ਵਗੈਰਾ ਆ ਉਹ ਚੇਂਜ ਕਰ ਲਓ 2019 ਦੇ ਵਿੱਚ ਫੈਡਰਲ ਟ੍ਰੇਡ ਕਮਿਸ਼ਨ ਨੇ 5 ਬਿਲੀਅਨ ਡਾਲਰ ਇੱਕ ਸੈਟਲਮੈਂਟ ਹੋਈ ਸੀ ਫੇਸਬੁੱਕ ਦੀ ਜਦੋਂ ਰਿਪੋਰਟਸ ਆਈਆਂ ਸੀ ਪੋਲੀਟੀਕਲ ਕੰਸਲਟੈਂਸੀ ਕੈਂਬਰੇਜ ਅਨਾਲਿਟਿਕਲ ਜੋ ਇੰਪ੍ਰੋਪਰਲੀ ਉਹਨਾਂ ਨੇ ਐਕਸੈਸ ਕੀਤਾ ਸੀ ਪਰਸਨਲ ਡਾਟਾ ਮਿਲੀయన్స్ ਆਫ ਫੇਸਬੁੱਕ ਯੂਜ਼ਰਸ ਦੇ ਲਈ ਇਲੈਕਸ਼ਨ ਦੇ ਦੌਰਾਨ ਸੋ ਇਹ ਵੀ ਇੱਕ ਹੁਣ ਫੇਰ ਵੱਡਾ ਇਸ਼ੂ ਬਣੂਗਾ ਕਿਉਂਕਿ ਇਲੈਕਸ਼ਨ ਫੇਰ ਮੋਰਲੇ ਮਹੀਨੇ ਹੈਗੇ ਜੀ ਸੋਸ਼ਲ ਸਿਕਿਉਰਟੀ ਐਡਮਿਨਿਸਟ੍ਰੇਸ਼ਨ 6 ਮਹੀਨੇ ਹੋ ਗਏ ਨੇ ਇਹਨਾਂ ਨੇ ਆਪਣੇ ਦਰਵਾਜ਼ੇ ਮੁੜ ਦੁਬਾਰਾ ਜਨਤਾ ਦੇ ਲਈ ਖੋਲੇ ਆ ਪੈਨਡੈਮਿਕ ਤੋਂ ਬਾਅਦ ਚ ਪਰ ਕਹਿੰਦੇ ਵੀ ਅਜੇ ਵੀ ਜਿਹੜੇ ਲੋਕ ਇਸ ਦੇ ਉੱਤੇ ਨਿਰਭਰ ਹੁੰਦੇ ਆ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਕਹਿੰਦੇ ਵੀ ਬੇਸਿਕ ਕਸਟਮਰ ਸਰਵਿਸਿਜ਼ ਜਿਹੜੇ ਲੱਖਾਂ ਹੀ ਲੋਕ ਇੱਥੋਂ ਲੈਂਦੇ ਆ ਉਹਨਾਂ ਨੂੰ ਪੂਰੀ ਤਰ੍ਹਾਂ ਪ੍ਰਦਾਨ ਕਰਨ ਦੇ ਵਿੱਚ ਅਜੇ ਵੀ ناکਾਮਯਾਬ ਨੇ 2 ਸਾਲ ਤਕਰੀਬਨ ਜਿਹੜੇ ਆਫਿਸਿਜ਼ ਆ ਉਹ ਬੰਦ ਰਹੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਐਪਲੀਕੇਸ਼ਨ ਪ੍ਰੋਸੈਸਿੰਗ ਆ ਉਸਦੇ ਵਿੱਚ ਜਿਹੜਾ ਉਹ ਫਰਕ ਪਿਆ ਸਭ ਨੂੰ ਹੀ ਪਤਾ ਜਿਹਦਾ ਜਿਹਦਾ ਵੀ ਬਾਸ਼ ਸਿਕਿਉਰਟੀ ਐਡਮਿਨਿਸਟ੍ਰੇਸ਼ਨ ਦੇ ਆਫਿਸ ਦੇ ਨਾਲ ਪਿਆ ਹੈ ਉਹਨਾਂ ਨੂੰ ਪਤਾ ਹੈ ਵੀ ਜਿੰਨੀ ਵੀ ਤੁਸੀਂ ਜਾਣਦੇ ਹੋ ਉੱਥੇ ਨਵਾਂ ਜਵਾਬ ਮਿਲਦਾ ਹੈ ਉਸੇ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਕੀ ਕਰਨਾ ਹੈ ਕਿਵੇਂ ਕਰਨਾ ਹੈ ਤੇ ਲੋਕ ਬਾਹਰ ਖੜੇ ਖੜੇ ਤੰਗ ਪਰੇਸ਼ਾਨ ਬਹੁਤ ਹੁੰਦੇ ਨੇ ਸੋ ਕਹਿੰਦੇ ਵੀ ਤਕਰੀਬਨ 20% ਜਿਹੜੇ ਫੀਲਡ ਆਫਿਸਸਿਸ ਦੇ ਵਿੱਚ 40 ਉਸ ਤੋਂ ਵੱਧ ਜਿਹੜੇ ਕਸਟਮਰਸ ਆ ਉਹਨਾਂ ਨੂੰ ਕਈ ਕਈ ਦਿਨ ਲੇਣਾ ਚ ਖੜੇ ਹੋ ਕੇ ਡੋਰ ਖੁੱਲਣ ਤੋਂ ਬਾਅਦ ਦੇ ਵਿੱਚ ਇੰਤਜ਼ਾਰ ਕਰਨਾ ਪੈਂਦਾ ਹੈ ਆਪਣੇ ਕੰਮ ਜਿਹੜੇ ਉਹ ਪੂਰੇ ਕਰਵਾਉਣ ਦੇ ਲਈ ਸੋ ਲੰਬੀਆਂ ਲਾਈਨਾਂ ਹੁਣ ਆਮ ਸ਼ੂ ਸੈਕਿਉਰਿਟੀ ਆਫਿਸਸ ਦੇ ਬਾਹਰ ਜਿਹੜੀਆਂ ਉਹ ਦੇਖੀਆਂ ਜਾ ਰਹੀਆਂ ਹਨ ਅਪ੍ਰੈਲ ਮਹੀਨੇ ਤੋਂ 1230 ਜਿਹੜੇ ਲੋਕਲ ਆਫਿਸਸ ਆ ਉਹ ਹੌਲੀ ਹੌਲੀ ਖੁੱਲਣੇ ਜਿਹੜੇ ਉਹ ਸ਼ੁਰੂ ਹੋਏ ਆ ਉਧਰ ਕੰਮ ਕਰਨ ਵਾਲਿਆਂ ਦੀ ਸੰਖਿਆ ਵੀ ਅੰਦਰ ਕਾਮਿਆਂ ਦੀ ਜਿਹੜੀ ਉਹ ਘਟੀ ਹੈਗੀ ਆ 43 ਮਿਲੀਅਨ ਲੋਕ ਹਰ ਸਾਲ ਇਨ ਆਫਿਸਸਿਸ ਦੇ ਵਿੱਚ ਜਿਹੜੇ ਵਿਜ਼ਿਟ ਕਰਦੇ ਸੀਗੇ ਕੋਵਿਡ ਤੋਂ ਜਿਹੜਾ ਉਹ ਪਹਿਲਾਂ ਤੇ ਅਜੇ ਤੱਕ ਉਸ ਆંકੜਿਆਂ ਦੇ ਉੱਤੇ ਪਹੁੰਚਣ ਨੂੰ ਲੱਗਦਾ ਕਹਿੰਦੇ ਕਾਫੀ ਸਮਾਂ ਲੱਗ ਸਕਦਾ ਹੈ